टिप्पर ट्रॉली मालकों ने आज ADCD को एक मांग पत्र दिया, जिसमें उन्होंने माइनिंग अधिकारियों द्वारा तंग परेशान किए जाने की मांग की है। उन्होंने बताया, रेता और माइनिंग के लिए विभिन्न दो कानून बनाए गए हैं। खेत से मिट्टी उठाकर लोगों के घरों तक लेके जाते हैं, और हमें कि कहीं से भी कोई, हम खेतों से मिट्टी घरों तक पहुँचाते हैं। हाँ जी, दो नंबर दे दो। ਅਸੀਂ ਸਾਰੇ ਮਿੱਟੀ ਦਾ ਕੰਮ ਕਰਨ ਵਾਲੇ ਹਾਂ ਜੀ, JCB ਮਸ਼ੀਨ ਅਤੇ ਟਿੱਪਰਾਂ ਦੇ ਡਰਾਈਵਰ ਹਾਂ, ਟਰੈਕਟਰ ਟਰਾਲੀਆਂ ਦੇ। ਅਤੇ ਸਾਡੀ ਮੰਗ ਇਹੀ ਹੈ ਵੀ ਗੌਰਮੈਂਟ ਤੋਂ ਵੀ ਸਾਡਾ ਕੰਮ ਹੈ ਜਿਹੜਾ 20-25 ਦਿਨ ਤੋਂ ਬੰਦ ਚੱਲ ਰਿਹਾ। ਅਤੇ ਮਿੱਟੀ ਅਤੇ ਰੇਤਾ ਇਹ ਦੋਨੇ ਵੱਖਰੇ ਵੱਖਰੇ ਨੇ, ਜਦਕਿ ਗੌਰਮੈਂਟ ਨੇ ਇਹ ਮਿੱਟੀ ਅਤੇ ਰੇਤਾ ਇਕੱਠੇ ਕਰਤੇ, ਇੱਕੇ ਐਕਟ ਦੇ ਵਿੱਚ ਪਾਤੇ। ਸਾਡੀ ਗੌਰਮੈਂਟ ਤੋਂ ਗੁੰਜਾਇਸ਼ ਇਹੀ ਹੈ, ਗੁੰਜਾਇਸ਼ ਇਹੀ ਹੈ ਵੀ ਉਹ ਮਿੱਟੀ ਨੂੰ ਵੱਖਰਾ ਕੀਤਾ ਜਾਵੇ ਅਤੇ ਰੇਤੇ ਨੂੰ ਵੱਖਰਾ ਕੀਤਾ ਜਾਵੇ, ਤਾਂ ਕਿ ਅਸੀਂ ਮਿੱਟੀ ਦਾ ਕੰਮ ਕਰਨ ਵਾਲੇ ਦੋ ਦੋ ਚਾਰ ਚਾਰ ਟਰਾਲੀਆਂ ਸੁੱਟ ਕੇ ਆਪਣੇ ਗੁਜ਼ਾਰਾ ਕਰ ਸਕੀਏ। ਤੁਹਾਨੂੰ ਸਮੱਸਿਆਵਾਂ ਕਿੱਦਾਂ ਦੀ ਆ ਰਹੀਆਂ ਜੀ? ਸਾਨੂੰ ਜੇ ਅਸੀਂ ਸਮੱਸਿਆ ਇਹ ਹੈ ਜੀ, ਜੇ ਅਸੀਂ ਕੰਮ ਕਰਦੇ ਹਾਂ ਮਸ਼ੀਨਾਂ ਟਿੱਪਰ, ਜੇ ਅਸੀਂ ਕਿਤੇ ਲੈ ਕੇ ਜਾਂਦੇ ਹਾਂ ਟਰੈਕਟਰ ਟਰਾਲੀਆਂ, ਤਾਂ ਸਾਨੂੰ ਪ੍ਰਸ਼ਾਸਨ ਫੜਦਾ, ਫੜ ਕੇ ਤਾਂ ਸਾਡੇ 'ਤੇ ਪਰਚਾ ਕਰਿਆ ਜਾਂਦਾ, ਡਰਾਈਵਰ 'ਤੇ ਵੀ ਪਰਚਾ ਹੋ ਜਾਂਦਾ ਅਤੇ ਮਾਲਕ 'ਤੇ ਵੀ ਪਰਚਾ ਹੋ ਜਾਂਦਾ। ਅਸੀਂ ਆਏ ਜੀ ਸਮਾਣਾ ਪਟਿਆਲਾ ਤੋਂ ਪਹੁੰਚੇ ਜੀ, ਸਾਨੂੰ ਪੁਲਿਸ ਵਾਲੇ ਵੀ ਤੰਗ ਕਰ ਰਹੇ ਨੇ ਜੀ, ਅਤੇ ਮੈਨਿੰਗ ਅਫਸਰ ਵੀ। ਅਫਸਰ ਸਾਨੂੰ ਕਹਿੰਦਾ ਵੀ ਇਸ ਚੀਜ਼ ਦੀ ਮਨਜ਼ੂਰੀ ਲਓ ਜੀ ਤੁਸੀਂ ਮਿੱਟੀ ਚੱਕਣ ਦਾ, ਬਲਕਿ ਮਿੱਟੀ 'ਤੇ ਕੋਈ ਵੀ ਮਨਜ਼ੂਰੀ ਨਹੀਂ, ਮਨਜ਼ੂਰੀ ਵਾਸਤੇ ਕਹਿੰਦੇ ਨੇ ਫਰਜ਼ ਲੈ ਕੇ ਉਹ ਜ਼ਮੀਨ ਦੀ, ਨਾ ਤਾਂ ਖੇਤ ਵਾਲਾ ਕੋਈ ਫਰਜ਼ ਦਿੰਦਾ ਜੀ, ਨਾ ਹੀ ਬਾਕੀ ਸਾਨੂੰ ਕੋਈ ਹੋਰ ਡਾਕੂਮੈਂਟ ਦਿੰਦਾ ਜੀ। ਅਤੇ ਹੁਣ ਅੱਜ ਤੁਸੀਂ ਕਿਹੜੇ ਅਫਸਰ ਨੂੰ ਮਿਲੇ ਗਏ? ਅੱਜ ਸੀਨੀਅਰ ਡਿਪਟੀ ਸਾਹਿਬ ਨੂੰ ਮਿਲੇ ਜੀ, DC ਸਾਹਿਬ ਦੇ, ਮੰਗ ਪੱਤਰ ਪੇਸ਼ ਕੀਤਾ ਜੀ ਕਿ ਤਾਂ ਜੋ ਸਾਡੀ ਮਿੱਟੀ ਦਾ ਜੀ ਉਹਨੂੰ ਬਾਹਰ ਕਰਿਆ ਜਾਵੇ, ਤਾਂ ਜੋ ਅਸੀਂ ਕੰਮ ਕਰਿਆ ਜਾਵੇ ਜੀ। ਮੈਨਿੰਗ ਜੋ ਸਿਰਫ ਰੇਤੇ ਦੀ ਰਹਿਣੀ ਚਾਹੀਦੀ ਆ, ਮਿੱਟੀ 'ਤੇ ਮੈਨਿੰਗ ਨਾ ਹੋ। ਪਟਿਆਲਾ ਡਿਸਟ੍ਰਿਕਟ ਦੇ ਅੰਦਰ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ 1000-1200 ਪਰਿਵਾਰ ਬੇਰੁਜ਼ਗਾਰ ਹੋਏਗਾ ਇਸ ਪਰਪਸ 'ਤੇ। ਇਸ ਟਾਈਮ 1 ਮਹੀਨੇ ਤੋਂ ਬੰਦ ਪਈਆਂ ਨੇ ਜੀ ਸਾਰੀਆਂ ਮਸ਼ੀਨਾਂ ਟੋਟਲੀ। ਅਸੀਂ ਕਿਸ਼ਤਾਂ ਨੇ ਕਿੱਥੋਂ ਦੇਵਾਂਗੇ ਜੀ? ਡਰਾਈਵਰਾਂ ਨੂੰ ਪੇ ਕਿੱਥੋਂ ਦੇਵਾਂਗੇ? ਡਰਾਈਵਰਾਂ ਨਾਲ ਕੀ ਕਰਾਂਗੇ ਅਸੀਂ ਰੱਖ ਕੇ ਜੇ ਸਾਡੇ ਕੋਲ ਕੰਮ ਨਹੀਂ? ਕਾਨੂੰਨ ਕਾ ਪਾਲਨ ਕਰਨੇ ਲਗਤੇ ਹੈ ਤੋ ਹਮੇ ਵੀ ਖੇਤ ਕੀ ਫਰਜ਼ ਲਾਣੇ ਕੋ ਬੋਲਾ ਜਾਤਾ ਹੈ, ਜੋ ਕਿ ਹਮੇ ਕਿਸੀ ਵੀ ਕੀਮਤ ਪਰ ਖੇਤ ਕਾ ਮਾਲਿਕ ਨਹੀਂ ਦੇਤਾ। ਇਸੇ ਹਮੇ ਪਰੇਸ਼ਾਨੀ ਹੋ ਰਹੀ ਹੈ, ਔਰ ਹਮਾਰੇ ਘਰੋਂ ਕੇ ਚੁੱਲ੍ਹੇ ਬੰਦ ਹੋਣੇ ਕੀ ਕਾਗਰ ਪਰ ਹੈ।